रोजाना लोकनाथ टीवी देख रहे हो तुसी ते मैं हाँ सुखविंदर सिंह सिद्धू। प्रोग्राम दे विच गलबात करांगे पंजाब दी सियासत दीआं कुछ वड्डीआं खबरां ते गलबात करांगे कि हो सकदा है कि आउण वाले दिनां दे विच पंजाब दे अंदर जल्द ही कोई नवां सियासी धमाका होवे, कोई नवां वड्डा फ्रंट, नवां गठजोड़ बणे, क्योंकि बीते दिन ही परमिंदर सिंह ढींसा होरां दे वल्लों इक वड्डा बयान दिता गया, उन्होंने वल्लों साफ कर दिता गया कि असीं 2022 दीआं विधानसभा चोणां दे विच कांग्रेस अकाली ते भाजपा नूं छड्ड के सारियां जिहड़ियां हमख्याली पार्टियां ने उन्हां दे नाल गठजोड़ करन दे लई तैयार आ। नाल ही नाल उन्हां दे वल्लों ते उन्हां दे पिता जी वल्लों नवजोत सिंह सिद्धू दे बारे भी कुछ वड्डियां गल्लां कहीआं गईआं सी। उन्हां दे वल्लों इह वी गल कही सी पिछले दिनी कि नवजोत सिंह सिद्धू फ्रंट ते आउण, कांग्रेस छड्ड के बाहर आ जाण ते उह अगवाई भी कर सकदे ने। ब्रह्मपुरा दे वल्लों भी इह गल कही गई सी। तां हुण देखण वाली गल है कि कदों तक पंजाब की सियासत दे विच इह नवां फ्रंट बनेगा कि वाकई नवजोत सिंह सिद्धू इन्हां दे नाल रलणगे कि भगवंत मान जिहड़े संगरूर की सियासत दे विच ढींसा परिवार के विरोधी रहे ने कि हुण पंजाब की सियासत दे विच 2022 दीआं विधानसभा चोणां दे दौरान इन्हां दो परिवारां की आपसी जफ्फी पैंदी है जां नहीं, इस मामले ते गलबात करांगे। सब तो पहला स्वागत कर लैंदे आ साडे सीनियर पत्रकार परमिंदर सिंह रायपुर जी का। परमिंदर जी स्वागत है रोजाना लोकनाथ टीवी ते। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਿੱਧੂ ਸਾਹਿਬ ਧੰਨਵਾਦ ਹੈ ਤੁਹਾਡਾ ਵੀ। ਪਰਮਿੰਦਰ ਜੀ ਕਿਵੇਂ ਦੇਖਦੇ ਹੋ ਪਰਮਿੰਦਰ ਢੀਂਡਸਾ ਦੇ ਇਸ ਬਿਆਨ ਨੂੰ, ਜਿਹੜਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਦੇ ਨਾਲ ਵੀ ਗਠਜੋੜ ਕਰਨ ਨੂੰ ਤਿਆਰ ਆ ਤੇ ਹੋਵੇਗਾ ਵੀ? ਹਾਂ ਬਿਲਕੁਲ, ਜਿਹੜਾ ਲਾਂਬੇ ਹੋਣਾ ਸੀਗਾ ਸੁਖਵਿੰਦਰ ਜੀ ਇਹਦਾ ਅਕਾਲੀ ਦਲ ਬਾਦਲ ਨਾਲੋਂ, ਢੀਂਡਸਾ ਗਰੁੱਪ ਦਾ ਕਹਿ ਲਓ ਇੱਕ ਤਰ੍ਹਾਂ ਦਾ, ਕਿਉਂਕਿ ਇਹਨਾਂ ਨੇ ਗਰੁੱਪ ਬਣਾਇਆ ਸੀਗਾ ਉਹਦੇ ਵਿੱਚ ਬ੍ਰਹਮਪੁਰਾ ਹੋਈ ਸੇਖਵਾ ਤੇ ਅਜਨਾਲਾ ਵੀ ਸੀਗੇ। ਇਹਨਾਂ ਦਾ ਮਕਸਦ ਤਾਂ ਪਹਿਲੀ ਤਾਂ ਗੱਲ ਇਹੀ ਸੀਗੇ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਹੋਰੀ ਪਰਿਵਾਰਵਾਦ ਨੂੰ ਬੜਾਵਾ ਦਿੰਦੇ ਨੇ, ਉਤਸ਼ਾਹਿਤ ਕਰਦੇ ਨੇ, ਪਰਿਵਾਰਵਾਦ ਨੂੰ ਅੱਗੇ ਲੈ ਕੇ ਆ ਰਹੇ ਨੇ ਤੇ ਲੰਬੇ ਸਮੇਂ ਤੋਂ ਜਿਵੇਂ ਸੁਖਦੇਵ ਸਿੰਘ ਢੀਂਡਸਾ ਭਾਵੇਂ ਐਂ ਕਹਿ ਲਓ ਕਿ ਮੰਗ ਤਾਂ ਨਹੀਂ ਕਦੇ ਸਾਹਮਣੇ ਆਈ ਏਦਾਂ, ਪਰ ਇਹ ਗੱਲ ਹੋਈ ਹੈ ਕਿ ਬਾਦਲ ਸਾਹਿਬ ਨਾਲ ਕਈ ਵਾਰ ਇਹਨਾਂ ਦੀ ਗੱਲਬਾਤ ਹੋਈ ਆਪਸੀ ਵਿੱਚ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਵੀ ਬਣਦਾ ਮਾਣਦਾਨ ਦਿੱਤਾ ਜਾਵੇ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਜਿਹੜਾ ਹੈਗਾ ਪੂਰੀ ਤਰ੍ਹਾਂ ਰਾਜਨੀਤੀ ਵਿੱਚ ਸੈੱਟ ਹੀ ਹੈ ਇੱਕ ਤਰ੍ਹਾਂ ਦਾ, ਤੇ ਉਹਨਾਂ ਦੇ ਪੁੱਤਰ ਨੂੰ ਐਂ ਕਹਿ ਲਓ ਕਿ ਅਕਾਲੀ ਦਲ ਵੱਲੋਂ ਬੜਾ ਮਾਣਦਾਨ ਦਿੱਤਾ ਗਿਆ, ਵਿੱਤ ਮੰਤਰੀ ਲਾ ਕੇ ਰੱਖਿਆ, ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਆਪਸੀ ਟਕਰਾਅ ਹੈਗਾ ਸੁਖਬੀਰ ਸਿੰਘ ਬਾਦਲ ਨਾਲ ਜਿਹੜਾ ਉਹ ਨਹੀਂ ਨਿਭ ਪਾਈ ਇਹਨਾਂ ਦੀ ਇਸ ਪਰਿਵਾਰ ਦੀ, ਸੁਖਦੇਵ ਸਿੰਘ ਢੀਂਡਸਾ ਦਾ ਹੋਵੇ ਚਾਹੇ ਬ੍ਰਹਮਪੁਰਾ ਦਾ ਹੋਵੇ ਜਾਂ ਸੇਖਵਾਂ ਦਾ ਜਾਂ ਆਪਾਂ ਕਹਿ ਲਓ ਕਿ ਅਜਨਾਲਾ ਦਾ, ਪਰ ਹੁਣ ਅਜਨਾਲਾ ਉੱਧਰ ਇਕੱਠਾ ਹੋ ਗਿਆ ਅਕਾਲੀ ਦਲ ਬਾਦਲ 'ਚ। ਪ੍ਰਕਾਸ਼ ਸਿੰਘ ਬਾਦਲ ਨਾਲ ਚੰਗੀ ਤਰ੍ਹਾਂ ਨਿਭਦੇ ਆ ਰਹੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਹੋਣੀ ਨੇੜੇ ਵੀ ਲਾ ਕੇ ਰੱਖਦੇ ਸੀਗੇ, ਭਾਵੇਂ ਉਹ ਕਿੰਨੇ ਸੀਨੀਅਰ ਨੇਤਾ ਤੁਸੀਂ ਦੇਖ ਲਓ, ਭੁੰਦੜ ਹੋਰੀ ਹੋ ਗਏ, ਚੰਦੂ ਮਾਜਰਾ ਸਾਹਿਬ ਹੋ ਗਏ ਜਾਂ ਕੈਪਟਨ ਕਮਲ ਜੀ ਸੀਗੇ ਤੇ ਜਾਂ ਫਿਰ ਸੁਖਦੇਵ ਸਿੰਘ ਢੀਂਡਸਾ, ਤੇ ਜਦੋਂ ਦੇ ਸੁਖਬੀਰ ਸਿੰਘ ਬਾਦਲ ਦੇ ਕੋਲ ਕਮਾਂਡ ਆਈ ਆ ਤਾਂ ਉਹਨਾਂ ਨੇ ਜਿੱਦਾਂ ਆਪ ਕਹਿ ਲਓ ਕਿ ਤਾਨਾਸ਼ਾਹੀ ਰਵੱਈਆ ਅਪਣਾਇਆ, ਕਿਸੇ ਦੀ ਸੁਣਨੀ ਨਹੀਂ ਜਾਂ ਆਪਣੀ ਮਨ ਮਰਜ਼ੀ ਕਰਨੀ ਜਾਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਆਉਣਾ, ਤਾਂ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਇਹਨਾਂ ਨੇ ਅਲੱਗ ਰੁੱਖ ਬਣਾਇਆ ਸੀਗਾ। ਹੁਣ ਜੇ ਅਕਾਲੀ ਦਲ ਨਾਲ ਜੁੜਦੇ ਆ ਤਾਂ ਇਹਨਾਂ ਦਾ ਨਾਂ ਤਾਂ ਉੱਧਰ ਅਕਾਲੀ ਦਲ 'ਚ ਇਹਨਾਂ ਨੂੰ ਉਨਾ ਮਾਣਦਾਨ ਮਿਲਣਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪਿੱਛੇ ਹਟ ਗਏ ਆ, ਅਕਾਲੀ ਦਲ ਦੀ ਬਾਗਡੋਰ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਨਾਲ ਸੁਖਬੀਰ ਦੇ ਹੱਥ 'ਚ ਆ ਗਈ ਹੈ। ਤੇ ਦੂਜੇ ਪਾਸੇ ਮਜੀਠੀਆ ਪਰਿਵਾਰ ਵੀ ਜਿਹੜਾ ਹੈਗਾ ਸਰਗਰਮ ਹੈ, ਉਹ ਵੀ ਨਹੀਂ ਚਾਹੁੰਦਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਅੱਗੇ ਆਉਣ ਇਹ, ਤੇ ਤੀਜੀ ਗੱਲ ਹੈ ਕਿ ਬਣਦਾ ਮਾਣਦਾਨ ਤਾਂ ਮਿਲਣਾ ਹੀ ਨਹੀਂ ਹੁਣ ਅੱਗੇ ਜਾ ਕੇ, ਤਾਂ ਸੁਖਦੇਵ ਸਿੰਘ ਢੀਂਡਸਾ ਖੁਦ ਜਿਹੜੇ ਹੈਗੇ ਉਹ ਮੁਰਦਰਾਜ ਹੋ ਚੁੱਕੇ ਆ, ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਆ ਪਰ ਇੱਕਦਮ ਆ ਕੇ ਵੱਖਰੇ ਹੋਏ, ਤੇ ਹੁਣ ਐਂ ਕਹਿ ਲਓ ਕਿ ਬੇਇੱਜ਼ਤੀ ਵੀ ਹੁੰਦੀ ਹੈ। ਦੂਜਾ ਕਾਂਗਰਸ ਨਾਲ ਚੱਲਣਾ ਤਾਂ ਇਹਨਾਂ ਦਾ ਮਤਲਬ ਹੁੰਦਾ ਹੀ ਨਹੀਂ, ਤੇ ਕਿਉਂਕਿ ਕਾਂਗਰਸ ਦਾ ਜਿਹੜਾ ਇਹਨਾਂ ਨੂੰ ਕ੍ਰੈਡਿਟ ਮਿਲਣਾ ਹੈਗਾ 84 ਕਰਕੇ, ਉਹ ਕਾਂਗਰਸ ਨਾਲ ਰਲ ਕੇ ਨਹੀਂ ਮਿਲ ਸਕਦਾ, 84 ਦਾ ਰੌਲਾ ਹਰ ਵਾਰ ਪੈਂਦਾ ਵੋਟਾਂ ਦੇ ਵਿੱਚ ਸੁਖਵਿੰਦਰ ਜੀ। ਤੇ ਦੂਜਾ ਭਾਜਪਾ ਦਾ ਹੁਣ ਤੁਸੀਂ ਦੇਖ ਰਹੇ ਹੋ, ਭਾਜਪਾ ਦਾ ਆਪਦਾ ਬੁਰਾ ਹਾਲ ਹੈ, ਚਾਹੇ ਹਰਿਆਣਾ ਹੋਵੇ, ਰਾਜਸਥਾਨ ਹੋਵੇ, ਪੰਜਾਬ ਹੋਵੇ ਜਾਂ ਹੋਰ ਸਟੇਟਾਂ ਹੋਣ ਜਿੱਥੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ, ਤੇ ਉੱਥੇ ਉੱਥੇ ਭਾਜਪਾ ਦੇ ਪੈਰ ਲੱਗਣ ਹੀ ਰਹੇ ਹੈਗੇ, ਤੇ ਹੁਣ ਉਹਨਾਂ ਨਾਲ ਜਾਣ ਦਾ ਵੀ ਮਤਲਬ ਨਹੀਂ ਰਹਿ ਜਾਂਦਾ ਕੋਈ, ਇਹਨਾਂ ਕੋਲ ਇੱਕੋ ਬਦਲ ਜਿਹੜਾ ਹੋ ਜਾਂਦਾ ਰਹਿ ਜਾਂਦਾ ਉਹ ਜਾਂ ਤਾਂ ਜੇ ਪਾਰਟੀ ਨਾਲ ਜੁੜਨਾ ਤਾਂ ਆਮ ਆਦਮੀ ਪਾਰਟੀ ਜਾਂ BSP ਹੈਗੀ ਆ, ਤੇ ਜਾਂ ਫਿਰ ਜਿਵੇਂ ਨਵਜੋਤ ਸਿੰਘ ਸਿੱਧੂ ਜੇ ਕੋਈ ਨਵੀਂ ਪਾਰਟੀ ਲੈ ਕੇ ਆਉਂਦੇ ਆ ਜਾਂ ਇਹਨਾਂ ਨਾਲ ਰਲ ਕੇ ਚੱਲਦੇ ਆ ਕਿਸੇ ਤਰ੍ਹਾਂ ਚੱਲਦੇ ਆ, ਤੇ ਉਹ ਰਹਿ ਜਾਂਦੀ ਆ। ਅਜਨਾਲਾ ਦਾ ਵੀ ਗਰੁੱਪ ਜਿਹੜਾ ਹੈਗਾ ਇੱਕ ਤਰ੍ਹਾਂ ਕਹਿ ਲਓ, ਅਜਨਾਲਾ ਦਾ ਪਰਿਵਾਰ ਵੀ ਆ ਉਹਨਾਂ ਨਾਲ ਤੋੜ ਵਿਛੋੜਾ ਕਰਕੇ ਆ, ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਬੋਨੀ ਨੂੰ ਟਿਕਟ ਮਿਲ ਗਈ ਤੇ ਉਧਰੋਂ ਉਹ ਇਹਨਾਂ ਨੂੰ ਨਾਲ ਨਹੀਂ ਚੱਲੂਗਾ, ਹੁਣ ਤਾਂ ਸੋਲੇ ਗਾਣ ਲੱਗ ਗਏ ਬਾਦਲ ਹੋਰਾਂ ਦੇ,
ब्रह्मपुरा जिहड़ा हैगा उह अपना राग लापदे आ, उह आप प्रधान बन के आप सीएम बनना चाहुंदे, उह आप चाहुंदे कि उहनां दा परिवार अगे आवे। ते हुण सेखवां साहब चुप ने फिलहाल, आपां कह सकदे सेवा सिंह सेखवां होरी ਜੋ ਢੀਂਡਸਾ ਗਰੁੱਪ ਨਾਲ ਚੱਲਦੇ ਆ ਜਾਂ ਨਹੀਂ ਚੱਲਦੇ ਆ, ਜਾਂ ਢੀਂਡਸਾ ਗਰੁੱਪ ਕਿਹਨਾਂ ਨੂੰ ਲੈ ਕੇ ਅੱਗੇ ਆਉਂਦਾ ਹੈ। ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਜੇਕਰ ਬੀਜੇਪੀ ਅਕਾਲੀ ਦਲ ਤੇ ਕਾਂਗਰਸ ਨੂੰ ਪਾਸੇ ਰੱਖ ਦਈਏ ਤਾਂ ਖੁਦ ਇਹਨਾਂ ਦੀ ਜਿਹੜੀ ਗੱਲ ਕੀਤੀ ਹੈ, ਜਿਹਨਾਂ ਨੇ ਤਜਵੀਜ਼ ਰੱਖੀ ਹੈ ਢੀਂਡਸਾ ਪਰਿਵਾਰ ਨੇ, ਇਹਨਾਂ ਦੀ ਆਪਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ। ਦੂਜੇ ਪਾਸੇ ਬ੍ਰਹਮਪੁਰਾ ਨੇ ਉਹਨਾਂ ਦੀ ਆਪਣੀ ਪਾਰਟੀ ਹੈ, ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੀ ਆਪਣੀ ਪਾਰਟੀ ਹੈ, ਬੈਂਸ ਬ੍ਰਦਰ ਨੇ ਉਹਨਾਂ ਦੀ ਆਪਣੀ ਪਾਰਟੀ ਹੈ, ਸੁੱਚਾ ਸਿੰਘ ਛੋਟੇਪੁਰ ਨੇ ਉਹਨਾਂ ਦੀ ਆਪਣੀ ਪਾਰਟੀ ਹੈ, ਧਰਮਵੀਰ ਗਾਂਧੀ ਨੇ ਉਹਨਾਂ ਦੀ ਆਪਣੀ ਪਾਰਟੀ ਹੈ, ਜਿੰਨੇ ਬੰਦੇ ਉਨੀਆਂ ਪਾਰਟੀਆਂ। ਕੀ ਗਠਜੋੜ ਚੱਲ ਪਊਗਾ? ਹਲੇ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ, ਨਵਜੋਤ ਸਿੰਘ ਸਿੱਧੂ ਨੂੰ ਕਿ ਸਾਰੀਆਂ ਇਹ ਬੰਦੇ ਕਿ ਸਾਡੀ ਅਗਵਾਈ ਕਰੋ, ਹਲੇ ਨਵਜੋਤ ਸਿੰਘ ਸਿੱਧੂ ਆਪਣਾ ਆ ਕੇ ਵੱਖਰਾ ਫਰੰਟ ਬਣਾ ਕੇ ਇਹਨਾਂ ਨਾਲ ਗਠਜੋੜ ਕਰਦੇ ਆ ਜਾਂ ਇਹਨਾਂ ਨਾਲ ਸ਼ਾਮਿਲ ਹੁੰਦੇ ਆ, ਇਹ ਵੀ ਹਲੇ ਕੋਈ ਸਮੇਂ ਦੀ ਗਰਭ ਦੇ ਵਿੱਚ ਲੁਕੀ ਹੋਈ ਗੱਲ ਆ। ਪਰ ਸਵਾਲ ਮੇਰਾ ਇਹ ਸੀ ਕਿ ਜਿੰਨੇ ਬੰਦੇ ਨੇ ਉਨੀਆਂ ਹੀ ਪਾਰਟੀਆਂ ਨੇ, ਕੀ ਗਠਜੋੜ ਹੋਣਾ ਸੰਭਵ ਹੈ? ਜੇਕਰ ਹੋ ਵੀ ਗਿਆ ਕਿ ਲੰਬੇ ਸਮੇਂ ਤੱਕ ਚੱਲ ਪਾਊਗਾ? ਨਹੀਂ, ਪਹਿਲੀ ਤਾਂ ਗੱਲ ਗੱਠਜੋੜ ਹੁੰਦਾ ਨੀ ਸੁਖਵਿੰਦਰ, ਉਹ ਕਿਵੇਂ ਜਾਊਗਾ ਜਦੋਂ ਤੁਸੀਂ ਆਪ ਕਹਿ ਰਹੇ ਹੋ ਕਿ ਇੰਨੀਆਂ ਪਾਰਟੀਆਂ ਨੇ, ਸਾਰਿਆਂ ਨੇ ਕਿਤੇ ਨਾ ਕਿਤੇ ਵੱਖ ਹੋ ਕੇ ਜਾਂ ਅਲੱਗ ਰਾਪ ਅਲਾਪ ਕੇ ਆਪਣਾ ਫਿਰ ਪਾਰਟੀ ਬਣਾਈ ਆ, ਤੇ ਪਾਰਟੀ ਬਣਾਉਣ ਦਾ ਮਕਸਦ ਤਾਂ ਇੱਕੋ ਹੁੰਦਾ ਨਾ, ਵੀ ਪ੍ਰਧਾਨ ਬਣਨਾ। ਪ੍ਰਧਾਨ ਬਣਨ ਤੋਂ ਬਾਅਦ ਤਾਂ ਸੀਐਮ ਦਾ ਚਿਹਰਾ ਆਪਣੇ ਆਪ ਨੂੰ ਪੇਸ਼ ਕਰਨਾ ਹੁੰਦਾ, ਉਹ ਪ੍ਰਧਾਨਗੀ ਲੈ ਕੇ। ਤੇ ਉਹਨਾਂ ਨੇ ਦਾਵਾ ਠੋਕਤਾ ਕਿ ਜੇ ਕਿਸੇ ਨੇ ਰਲਣਾ ਮੇਰੇ ਨਾਲ ਰਲ ਜਾਓ, ਪਰ ਮੈਂ ਪ੍ਰਧਾਨ ਰਹੂੰਗਾ ਤੇ ਮੈਂ ਹੀ ਸੀਐਮ ਬਣੂੰਗਾ। ਤੇ ਹੁਣ ਇੰਨੇ ਸੀਐਮ ਤਾਂ ਬਣ ਨੀ ਸਕਦੇ, ਜੇ ਤੁਸੀਂ ਦੇਖੋਗੇ ਕਿ ਕਿੰਨੀਆਂ ਪਾਰਟੀਆਂ ਸਾਰੀਆਂ ਰਲ ਕੇ। ਪਹਿਲੀ ਗੱਲ ਤਾਂ ਜੇ ਇਹਨਾਂ ਦਾ ਸਾਰਿਆਂ ਦਾ ਏਜੰਡਾ ਕੇਵਲ ਕੇਵਲ ਤੇ ਕੇਵਲ ਪੰਜਾਬ ਦਾ ਭਲਾਈ ਕਰਨਾ ਹੁੰਦਾ, ਪੰਜਾਬ ਦਾ ਭਲਾ ਕਰਨਾ ਹੁੰਦਾ, ਨੌਜਵਾਨਾਂ ਨੂੰ ਰੁਜ਼ਗਾਰ ਹੁੰਦਾ, ਸਿੱਖਿਆ ਹੁੰਦੀ ਜਾਂ ਸਿਹਤ ਸਹੂਲਤਾਂ ਹੁੰਦੀਆਂ, ਪੰਜਾਬ ਦੀ ਖੁਸ਼ਹਾਲੀ ਹੁੰਦੀ, ਤਾਂ ਇਹ ਇੱਕ ਝੰਡੇ ਥੱਲੇ ਇਕੱਠੇ ਹੋ ਜਾਣੇ ਸੀ, ਇੰਨੀਆਂ ਪਾਰਟੀਆਂ ਦੀ ਲੋੜ ਹੈ ਹੀ ਨਹੀਂ ਸੀ। ਫਿਰ ਦੂਜੀ ਗੱਲ ਇਹ ਹੈ ਕਿ ਜੇ ਢੀਂਡਸਾ ਪਰਿਵਾਰ ਨਾਲ ਮੰਨ ਲਓ, ਸਪੋਜ਼ ਕਰੋ, ਜਿਹੜਾ ਤੁਸੀਂ ਗੱਲ ਕੀ ਹੈ 1% ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹਨਾਂ ਦਾ ਗੱਠਜੋੜ ਹੋ ਵੀ ਜਾਂਦਾ, ਸਾਰੀਆਂ ਪਾਰਟੀਆਂ ਆ ਜਾਂਦੀਆਂ ਨੇ ਇਕੱਠੀਆਂ ਹੋ ਕੇ ਚੋਣਾਂ ਲੜ ਦਿੰਦੀਆਂ ਨੇ, ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਕੀ ਫਾਇਦਾ ਹੋਏਗਾ? ਕੀ ਢੀਂਡਸਾ ਪਰਿਵਾਰ ਛੱਡ ਦੂ ਸੀਐਮ ਦੀ ਕੁਰਸੀ, ਜਾਂ ਜਿਹੜੇ ਹੋਰ ਬੰਦੇ ਹੈਗੇ ਨੇ ਉਹ ਸੀਐਮ ਦੀ ਕੁਰਸੀ ਛੱਡ ਦੇਣਗੇ? ਉਹਦਾ ਫਾਇਦਾ ਤਾਂ ਇਹ ਹੈ ਕਿ ਉਹਦਾ ਫਾਇਦਾ ਦੂਜੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ ਤੇ ਚਾਹੇ ਉਹ ਕਾਂਗਰਸ ਹੈ, ਉਹਨਾਂ ਨੂੰ ਫਾਇਦਾ ਹੋ ਜਾਊਗਾ, ਕਿਉਂਕਿ ਇਹਨਾਂ ਦੀਆਂ ਆਪਸ ਵਿੱਚ ਵੋਟਾਂ ਪਾਟ ਜਾਣੀਆਂ ਨੇ, ਤੇ ਉਹਨਾਂ ਨੇ ਥੋੜੀਆਂ ਥੋੜੀਆਂ ਵੋਟਾਂ ਲੈ ਕੇ ਜਿੱਤ ਜਾਣੀਆਂ। ਜਿਹੜੀਆਂ ਪੱਕੀਆਂ ਵੋਟਾਂ ਉਹਨਾਂ ਦੀਆਂ ਹੈਗੀਆਂ ਨੇ, ਜਿਹੜੀਆਂ ਪਾਰਟੀ ਦੇ ਬੇਸ ਤੇ ਬਣੀਆਂ ਹੁੰਦੀਆਂ ਨੇ, ਪਾਰਟੀ ਦੇ ਨਾਲ ਚੱਲਣ ਵਾਲੇ ਲੋਕਾਂ ਦੀਆਂ, ਉਹਨਾਂ ਵੋਟਾਂ ਨਾਲ ਜਿੱਤ ਲੈਣਾ। ਜਿਹੜੀਆਂ ਵੋਟਾਂ ਨਾਲ ਫਰਕ ਪੈਣਾ, ਗਠਜੋੜ ਪਹਿਲਾਂ ਜਿਹੜਾ ਇਹਨਾਂ ਨੇ ਇੱਕ ਫਰੰਟ ਬਣਾਇਆ ਸੀ, ਉਹ ਸਿਰਫ 13 ਸੀਟਾਂ ਵੰਡਣੀਆਂ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਉਹੀ ਸੀਟਾਂ ਜਿਹੜੀਆਂ ਹੈਗੀਆਂ ਸੀ ਉਹੀ ਨੀ ਇਹ ਵੰਡ ਪਾਏ। 4 ਜ਼ਿਮਨੀ ਚੋਣਾਂ ਸੀ, ਉਹ ਨੀ ਵੰਡ ਪਾਏ ਕਿ 117 ਸੀਟਾਂ ਦੇ ਉੱਪਰ ਸਹਿਮਤੀ ਬਣਾਉਣੀ, ਜਾਂ ਕਿਸੇ ਨੂੰ ਕਿਹਨੂੰ ਚੀਫ ਮਿਨਿਸਟਰ ਬਣਾਉਣਾ, ਕਿਹਨੂੰ ਪ੍ਰਧਾਨ ਬਣਾਉਣਾ, ਕਿਹਨੂੰ ਕਿਹੜਾ ਮਹਿਕਮਾ ਕੀ ਦੇਣਾ। ਇਹ ਚਲੋ ਸਰਕਾਰ ਬਣਾਉਣੀ ਤਾਂ ਦੂਰ ਦੀ ਗੱਲ ਹੈ, ਕਿ ਆਪਸੀ ਸਹਿਮਤੀ ਬਣ ਪਾਊਗੀ ਇਹਨਾਂ ਦੀ? ਨਹੀਂ, ਆਪਸੀ ਸਹਿਮਤੀ ਤਾਂ ਦੇਖੋ ਹੁਣ ਸਪੋਜ਼ ਕਰੋ, ਜੇ ਤੁਸੀਂ ਇੱਕ ਥਾਂ ਲੁਧਿਆਣੇ ਦੀ ਗੱਲ ਕਰ ਲਓ ਜਾਂ ਪਟਿਆਲੇ ਦੀ ਗੱਲ ਕਰ ਲਓ, ਪਟਿਆਲੇ ਦੇ ਵਿੱਚ ਸੀਟਾਂ ਦੀ ਵੰਡ ਕਿਵੇਂ ਹੋਊਗੀ ਜਾਂ ਲੁਧਿਆਣੇ 'ਚ ਕਿਵੇਂ ਹੋਊਗੀ? ਜਿਹੜਾ ਬੰਦਾ ਉੱਥੇ ਜਿੱਤ ਰਿਹਾ ਪਹਿਲਾਂ, ਉਹ ਜੇ ਉੱਥੇ ਜਾ ਕੇ ਕੋਈ ਬੰਦਾ ਕਹੂਗਾ ਮੈਂ ਵੀ ਇੱਥੋਂ ਇਸੇ ਇਲਾਕੇ ਦਾ, ਮੈਂ ਨਹੀਂ ਜਿੱਤ ਪਾਇਆ, ਕੋਈ ਨੀ, ਮੇਰੇ ਕੋਲ ਵੀ ਇੰਨੀ ਵੋਟ ਹੈ, ਮੈਨੂੰ ਮੌਕਾ ਦਿਓ, ਤਾਂ ਦੂਜਾ ਬੰਦਾ ਕਿਵੇਂ ਦੇ ਦੂਗਾ ਜਿਹੜਾ ਜਿੱਤ ਰਿਹਾ ਬੰਦਾ? ਜਾਂ ਉਰੇ ਪਟਿਆਲੇ ਦੇ ਵਿੱਚ ਗਾਂਧੀ ਜਿਹੜੇ ਹੈਗੇ ਨੇ, ਡਾਕਟਰ ਗਾਂਧੀ ਨੇ ਜਿਹੜੇ ਉਹ ਲੋਕ ਸਭਾ ਸੀਟ ਤੋਂ ਲੜੇ ਸੀ, ਜਿੱਤੇ ਸੀ, ਉਹਨਾਂ ਨੇ ਪ੍ਰਨੀਤ ਕੌਰ ਨੂੰ ਹਰਾਇਆ ਸੀਗਾ ਪਿਛਲੇ ਵਾਰੀ। ਤੇ ਜੇ ਉਹਨਾਂ ਦੇ ਮੁਕਾਬਲੇ ਦੇ ਜੇ ਵਿੱਚ ਕੋਈ ਹੋਰ ਆ ਕੇ ਖੜ ਜਾਂਦਾ, ਜਾਂ ਢੀਂਡਸਾ ਦਾ ਪਰਿਵਾਰ ਦਾ ਹੀ ਬੰਦਾ ਕਹਿੰਦਾ ਪਟਿਆਲਾ ਚੋਣ ਲੜਨੀ ਹੈ, ਤਾਂ ਫਿਰ ਕਿਵੇਂ ਸਮਝੌਤਾ ਹੋਊਗਾ ਇਹਨਾਂ ਦਾ? ਸਹੀ ਬੰਦ ਕਿਵੇਂ ਹੋਊਗੀ? ਫਿਰ 117 ਸੀਟਾਂ ਦੇ ਉੱਤੇ ਜਿਹੜੇ ਕੈਂਡੀਡੇਟ ਉਤਾਰਨੇ ਨੇ, ਉੱਥੇ ਕਿਹੜੇ ਕਿਹੜੇ ਕੈਂਡੀਡੇਟ ਉਤਾਰਨਗੇ, ਇਹ ਸਮਝੌਤਾ ਕਿਵੇਂ ਕਰਨਗੇ? ਪਹਿਲਾਂ ਤਾਂ ਗੱਲ ਇਹਨਾਂ ਦੀ ਆਪਸੀ, ਆਪ ਹੀ ਟਿਕਟਾਂ ਵੰਡਣੀਆਂ, ਇਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਗਰਦਾਨਣਾ ਜਿੱਥੇ ਜਿੱਥੇ ਗਰਦਾਨਣਾ। ਤੇ ਦੂਜੀ ਵਾਰ ਲਹਿਰੇ ਤੋਂ ਜਿੱਥੇ ਹੁਣ ਮੌਜੂਦਾ MLA ਨੇ ਪਰਮਿੰਦਰ ਸਿੰਘ ਢੀਂਡਸਾ, ਉੱਥੇ ਉਹਨਾਂ ਨੇ ਆਪਣਾ ਐਲਾਨ ਕਰਤਾ, ਉਹ ਕਹਿੰਦੇ ਕਿ ਭਲਾ ਤੁਸੀਂ ਐਲਾਨ ਕਰ ਦਿਓ, ਮੈਂ ਤਾਂ ਲਹਿਰੇ ਤੋਂ ਹੀ ਲੜਨਾ ਹੈਗਾ। ਹਾਂ, ਉਹੀ ਗੱਲ ਕਰਦੇ ਕਿ ਉਹ ਏਦਾਂ ਸੀਟਾਂ ਦਾ ਘਮਸਾਣ ਵੀ ਪਏਗਾ ਹਰੇਕ ਬੰਦੇ ਦੇ, ਹਰੇਕ ਪਾਰਟੀ ਨਾਲ ਕੋਈ ਨਾ ਕੋਈ ਬੰਦਾ ਤਾਂ ਜੁੜਿਆ ਹੋਇਆ ਜਿਹੜਾ ਚਾਹੁੰਦਾ ਕਿ ਮੈਨੂੰ ਵੀ ਟਿਕਟ ਮਿਲੇ, ਮੈਂ ਵੀ ਪਾਰਟੀ ਵੱਲੋਂ ਲੜਾਂ। ਆਫਟਰ ਆਲ ਹੁਣ ਪਾਰਟੀ ਦੂਜੀ ਵੱਡੀ ਛੱਡ ਕੇ ਜੋ ਏਦਾਂ ਇਹਨਾਂ ਨਾਲ ਤੁਰਿਆ ਹੈ, ਤਾਂ ਉਹ ਫਿਰ ਇਹ ਥੋੜੀ ਚਾਹੇਗਾ ਕਿ ਮੈਂ ਜਿੱਦਾਂ ਪਹਿਲਾਂ ਦੂਜੀ ਪਾਰਟੀ ਦੇ ਵਿੱਚ ਮੇਰੇ ਨਾਲ ਹੁੰਦਾ ਸੀ ਹੁਣ ਵੀ ਹੋਵੇ। ਜੇ ਇੱਕ ਇੱਕ ਸੀਟ ਦੇ ਉੱਤੇ ਦੋ ਦਾਅਵੇਦਾਰ ਆ ਗਏ ਤਾਂ ਭਾਵੇਂ ਇੱਕ ਚੁੱਪ ਰਹੇ ਪਰ ਉਹ ਹਰਾਏਗਾ ਤਾਂ ਸਹੀ ਨਾ, ਤੇ ਉਹਦਾ ਫਾਇਦਾ ਸਿੱਧਾ ਦੂਜੇ ਪਾਰਟੀਆਂ ਨੂੰ ਜਾਊਗਾ। ਆਪਸੀ ਸਹਿਮਤੀ ਬਣਾਉਣੀ ਵੀ ਬੜੀ ਔਖੀ ਹੈ, ਜਦੋਂ ਤੱਕ ਇਹ ਇੱਕ ਏਜੰਡਾ ਤੇ ਇੱਕ ਝੰਡਾ ਨਹੀਂ ਬਣਾਉਂਦੇ ਸਾਰੇ ਜਣੇ ਇਕੱਠੇ ਹੋ ਗਏ,
ਤੇ ਉਹ ਸਾਰੀ ਵੋਟ ਜਿਹੜੀ ਇੱਕ ਏਜੰਡੇ ਨੂੰ ਪਵੇ, ਇੱਕ ਝੰਡੇ ਨੂੰ ਪਵੇ ਤੇ ਇੱਕ ਪਾਰਟੀ ਦਾ ਇੱਕ ਨੁਮਾਇੰਦਾ ਸਾਰੇ ਚੁਣਨ, ਉਹਦੀ ਅਗਵਾਈ ਚੁਣ ਲੈਣ, ਉਹਨੂੰ ਮੌਕਾ ਦੇਣ। ਹਰ ਇੱਕ ਪਾਰਟੀ ਦਾ ਜਿਹੜੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਸਾਰਿਆਂ ਨੂੰ ਮੌਕਾ ਦਿਆ ਜਾਣਾ ਚਾਹੀਦਾ ਵੀ ਤੇਰੇ ਕੋਲ ਪਹਿਲੇ ਸਾਰੇ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸਾਡੀ ਅਗਵਾਈ ਕਰ ਲਵੇ। ਜੇਕਰ ਅਜਿਹੀ ਸਥਿਤੀ ਆਉਂਦੀ ਹੈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਦੇ ਵਿੱਚ, ਜੇਕਰ ਨਵਜੋਤ ਸਿੰਘ ਸਿੱਧੂ ਬਾਹਰ ਆ ਜਾਂਦੇ ਨੇ, ਹੁਣ ਤਾਂ ਇਹ ਸਾਰੇ ਜਣੇ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਗਵਾਈ ਕਰ ਲੈਣ, ਕਿ ਵਾਕਈ ਸੱਚਮੁੱਚ ਇਹ ਨਵਜੋਤ ਸਿੰਘ ਸਿੱਧੂ ਨੂੰ ਅਗਵਾਈ ਦੇਣ ਲਈ ਤਿਆਰ ਨੇ ਜਾਂ ਅੰਦਰੋਂ ਅੰਦਰੀ ਖੁਦ ਵੀ ਇਹ ਆਪਣੇ ਆਪ ਨੂੰ ਚੀਫ ਮਿਨਿਸਟਰ ਐਲਾਨੀ ਫਿਰਦੇ ਨੇ? ਨਹੀਂ, ਨਵਜੋਤ ਸਿੰਘ ਸਿੱਧੂ ਦਾ ਤਾਂ ਹੁਣ ਨਾਂ ਜਿਵੇਂ ਨਾਂ ਚੱਲ ਰਿਹਾ, ਉਹ ਕਹਿ ਲਓ ਕਿ ਉਹਦਾ ਸਹਾਰਾ ਲੈਣਾ ਇਹਨਾਂ ਨੇ, ਉਹਦੇ ਨਾਂ ਥੱਲੇ ਜਿਹੜੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਦਾ ਮਕਸਦ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਲਾ ਲਓ ਤੇ ਉਹਦੇ ਨਾਂ ਤੇ ਵੋਟਾਂ ਪੈ ਜਾਣੀਆਂ ਨੇ। ਪਰ ਨਵਜੋਤ ਸਿੰਘ ਸਿੱਧੂ ਜੇ ਬਾਈ ਚਾਂਸ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ, ਇੱਕ ਪਾਰਟੀ ਜਾਂ ਇੱਕ ਏਜੰਡਾ ਲੈ ਕੇ ਤੁਰ ਪੈਂਦੇ ਇਹਨਾਂ ਨੂੰ ਨਾਲ ਲੈ ਕੇ, ਇਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਸੁਖਵਿੰਦਰ, ਜਿਹਨਾਂ ਨੂੰ ਆਪਾਂ ਕੱਲ ਵੀ ਗੱਲ ਕੀਤੀ ਸੀ ਇਹ, ਕਿ ਜਿਹਨਾਂ ਨੂੰ ਪਾਕ ਸਾਫ ਕਹਿਣਾ ਬੜਾ ਔਖਾ ਆ, ਤੇ ਉਹ ਸਾਰੇ ਇੱਧਰ ਤੁਰੇ ਹੋਏ ਨੇ ਅਲੱਗ ਅਲੱਗ ਪਾਰਟੀ ਬਣਾ ਕੇ। ਇਹ ਵੀ ਬੜਾ ਐ ਕਹਿ ਲਓ ਕਿ ਰੇੜਕਾ ਆ, ਇਹ ਵੀ ਬੜਾ ਖਲਲ ਪਾਊਗਾ ਉਹਨਾਂ ਚੀਜ਼ਾਂ ਦੇ ਵਿੱਚ, ਵੀ ਉਹਨਾਂ ਦਾ ਚੋਣ ਮੈਨੀਫੈਸਟੋ ਕੀ ਹੋਊਗਾ? ਭ੍ਰਿਸ਼ਟਾਚਾਰ ਕਹਿ ਕੇ ਖਤਮ ਕਰਨਾ ਵੀ ਅਸੀਂ ਖਤਮ ਕਰਾਂਗੇ, ਤੇ ਭ੍ਰਿਸ਼ਟਾਚਾਰੀ ਤਾਂ ਲੋਕ ਪਹਿਲਾਂ ਹੀ ਸੱਤਾ ਦੇ ਵਿੱਚ ਜਿਹੜੇ ਸੱਤਾ 'ਚ ਰਹਿ ਕੇ ਉਹਨਾਂ ਨੇ ਕਦੇ ਚੱਕਿਆ ਹੀ ਨੀ ਕਦਮ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ। ਉਹ ਕਿਵੇਂ ਕਹਿਣਗੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨ 'ਚ ਤੁਹਾਡਾ ਸਾਥ ਦੇਵਾਂਗੇ? ਉਹਨਾਂ ਨੇ ਕਿਹੜਾ ਵਹਿੰਦੀ ਗੰਗਾ 'ਚ ਹੱਥ ਨਹੀਂ ਧੋਏ ਹੋਏ? ਤੇ ਜਿਵੇਂ ਆਹ ਗਾਂਧੀ ਆਪਾਂ ਕਹਿ ਲਓ ਕਿ ਗਾਂਧੀ ਡਾਕਟਰ ਗਾਂਧੀ ਇਮਾਨਦਾਰ ਨੇ, ਇਹ ਨਾਲ ਚੱਲਣਗੇ ਤਾਂ ਕਿਹੜਾ ਅਕਸ ਲੈ ਕੇ ਚੱਲਣਗੇ ਉਹਨਾਂ ਨਾਲ? ਉਹਨਾਂ ਨੂੰ ਲੋਕ ਪੁੱਛਣਗੇ ਨੀ ਵੀ ਤੁਸੀਂ ਜਿਹਨਾਂ ਦੇ ਝੰਡੇ ਥੱਲੇ ਆਏ ਹੋ ਜਾਂ ਜਿਹੜੇ ਤੁਹਾਡੇ ਝੰਡੇ ਥੱਲੇ ਆਏ ਨੇ ਬੰਦੇ, ਉਹ ਤਾਂ ਕਰਪਟ ਨੇ, ਉਹਨਾਂ ਨੇ ਤਾਂ ਪਹਿਲਾਂ ਪੁਰਾਣੀਆਂ ਪਾਰਟੀਆਂ 'ਚ ਰਹਿ ਕੇ ਫਲਾਣੇ ਵੇਲੇ ਸਰਕਾਰ 'ਚ ਰਹਿ ਕੇ ਮੰਤਰੀ ਹੁੰਦੇ ਸੁਣਦੇ ਕੁਛ ਨੀ ਕਰਿਆ ਹੈਗਾ, ਹੁਣ ਤੁਹਾਡੇ ਨਾਲ ਕੀ ਕਰ ਲੈਣਗੇ? ਉਹਦੀ ਜ਼ਿੰਮੇਵਾਰੀ ਕੋਈ ਨੀ, ਚੋਣ ਮੈਨੀਫੈਸਟੋ ਤੇ ਪੰਗਾ ਪਏਗਾ। ਗੱਲ ਤਾਂ ਇੰਨੀ ਕਹਿ ਕੇ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਲਾਉਣਾ ਚਾਹੁੰਦੇ ਨੇ ਹਰੇਕ, ਵੀ ਮੂਹਰੇ ਲੱਗ ਜਾਵੇ, ਹਰ ਗਿਆ ਤਾਂ ਵੀ ਕੋਈ ਗੱਲ ਨੀ, ਤੇ ਜੀਰੋ ਤਾਂ ਹੋ ਹੀ ਜਾਣਾ ਇਹਨੇ, ਤੇ ਜੇ ਜਿੱਤ ਗਿਆ ਤਾਂ ਸਾਡੇ ਹੱਥ ਸਾਡੀਆਂ ਪੌਵਾਰਾਂ ਹੋ ਗਈਆਂ, ਅਸੀਂ ਵੀ ਕਿਤੇ ਨਾ ਕਿਤੇ ਖੱਟ ਲਾਂਗੇ ਭੇਲੀ ਫੁੱਟੂ, ਸਾਨੂੰ ਵੀ ਮਿਲੂ ਕੁਛ, ਸੋ ਉਹ ਚੀਜ਼ ਹੈ ਤਾਂ। ਤੇ ਦੂਜੀ ਗੱਲ ਹੈਗੀ ਹੈ ਜੇ ਬਦਨਾਮੀ ਦੇ ਡਰੋਂ ਝੱਲਣ, ਬਦਨਾਮੀ ਝੱਲਣ ਡਰਨ ਸੋਰੀ ਬਚਣਗੇ ਇਹ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਹਰ ਗਿਆ ਤਾਂ ਸਿੱਧੂ ਦਾ ਨਾਂ ਜਾਊਗਾ, ਅਸੀਂ ਤਾਂ ਫੇਰ ਵੱਖ ਹੋ ਕੇ ਦੁਬਾਰਾ ਫੇਰ ਚੋਣਾਂ ਲੜ ਲਾਂਗੇ। ਉਹ ਚੀਜ਼ਾਂ, ਸਾਰੀਆਂ ਚੀਜ਼ਾਂ ਸੋਚਦੇ ਨੇ ਇਹ ਸਿਆਸੀ ਬੰਦੇ ਨੇ, ਸੋ ਅੱਗੇ ਲਾ ਕੇ ਚੱਲਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ, ਹੋਰ ਮਤਲਬ ਕੋਈ ਨੀ ਹੈ ਇਹਨਾਂ ਦਾ। ਇੱਦਾਂ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ, ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਵੱਲੋਂ ਗਠਜੋੜ ਦੀ ਗੱਲ ਕਹਿ ਦਿੱਤੀ ਗਈ ਹੈ, ਨਾ ਲਿਆ ਉਹਨਾਂ ਨੇ ਉਹਨਾਂ ਪਾਰਟੀਆਂ ਦਾ ਜਿਹਨਾਂ ਨਾਲ ਗਠਜੋੜ ਨਹੀਂ ਕਰਨਾ, ਅਕਾਲੀ ਦਲ, ਭਾਜਪਾ ਤੇ ਕਾਂਗਰਸ ਦਾ, ਯਾਨੀ ਕਿ ਆਮ ਆਦਮੀ ਪਾਰਟੀ ਦੇ ਵੱਲੇ ਵਾਸਤੇ ਉਹਨਾਂ ਨੇ ਰਸਤੇ ਖੁੱਲੇ ਛੱਡੇ ਨੇ। ਕੀ ਲੱਗਦਾ ਹੈ ਕਿ ਜਿਹੜਾ ਸਿਆਸੀ ਵਿਰੋਧੀ ਹੈ ਭਗਵੰਤ ਮਾਨ ਸੰਗਰੂਰ ਦੇ ਵਿੱਚ, ਜਿਹਨੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਨੂੰ ਹਰਾਇਆ, ਫਿਰ ਉਹਨਾਂ ਨੂੰ ਖੁਦ ਨੂੰ ਹਰਾਇਆ, ਕੀ ਲੱਗਦਾ ਹੈ ਕਿ ਹੁਣ ਜਿਹੜਾ ਸਿਆਸੀ ਵਿਰੋਧੀ ਭਗਵੰਤ ਮਾਨ ਆ ਉਹਦੇ ਨਾਲ ਸਿਆਸੀ ਜੱਫੀ ਢੀਂਡਸਾ ਪਰਿਵਾਰ ਦੀ ਸੰਗਰੂਰ ਦੇ ਵਿੱਚ ਹੀ ਪੈ ਸਕਦੀ ਹੈ? ਨਹੀਂ, ਜਦੋਂ ਸਿਆਸੀ ਜੱਫੀ ਦੀ ਗੱਲ ਕਰਦੇ ਹੋ ਤੁਸੀਂ, ਸਿਆਸੀ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਿਆਸਤ ਤਾਂ ਦਿੱਲੀ ਤੋਂ ਚੱਲਦੀ ਹੈ। ਜੇ ਦਿੱਲੀ ਦੇ ਦਿੱਲੀ ਦਾ ਫੈਸਲਾ ਆਉਂਦਾ ਹੈ ਕਿ ਢੀਂਡਸਾ ਪਰਿਵਾਰ ਨੂੰ ਨਾਲ ਰਲਾਇਆ ਜਾਵੇ, ਭਗਵੰਤ ਮਾਨ ਕੀ ਕਰੇਗਾ? ਭਗਵੰਤ ਮਾਨ ਤਾਂ ਕੁਝ ਜਵਾਬ ਦੇ ਹੀ ਨਹੀਂ ਪਾਊਗਾ ਉੱਥੇ। ਇਹ ਹੈਗਾ ਭਗਵੰਤ ਮਾਨ ਆਪ ਦੀ ਸ਼ਰਤ ਰੱਖ ਸਕਦਾ ਕਿ ਜੇ ਇਹ ਆਉਂਦੇ ਨੇ ਤਾਂ MLA ਲੜ ਸਕਦੇ ਨੇ ਜਾਂ MP ਲੜ ਲੈਣ, ਪੰਜਾਬ ਦਾ CM ਮੈਂ ਹੀ ਬਣੂਗਾ। ਗੱਲ ਤਾਂ ਇੰਨੀ ਕਹਿ ਕੇ, ਜੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਹੈ ਜਿਹੜਾ ਉਹਨਾਂ ਦਾ, ਜੇ ਉਹ ਸਾਰਾ ਉੱਥੇ ਕੇਜਰੀਵਾਲ ਨਾਲ ਸਿੱਧਾ ਸੰਪਰਕ ਕਰਦਾ ਹੈ ਤਾਂ ਕੇਜਰੀਵਾਲ ਦੀ ਭਗਵੰਤ ਮਾਨ ਥੋੜੀ ਮੋੜ ਸਕਦਾ। ਜਦੋਂ ਕੇਜਰੀਵਾਲ ਉਹ ਆਗਾ ਹੈ ਪਾਰਟੀ ਦਾ, ਕੇਜਰੀਵਾਲ ਦੀ ਆਪਦੀ ਚੱਲਦੀ ਹੈ, ਜਿਹੜੇ ਤੋਂ ਛੱਡ ਕੇ ਚਲੇ ਗਏ ਪਾਰਟੀ ਆਮ ਆਦਮੀ ਪਾਰਟੀ ਦੇ ਬੰਦੇ, ਉਹ ਖੁਦ ਕਹਿੰਦੇ ਨੇ ਕਿ ਤਾਨਾ ਸ਼ਾਹ ਬੰਦਾ ਹੈ, ਜੇ ਕਹਿ ਦੇਵੇ ਉਹੀ ਗੱਲ ਕਰਨੀ ਪੈਂਦੀ ਆ। ਤੇ ਜੇ ਭਗਵੰਤ ਮਾਨ ਉਹ ਗੱਲ ਨਹੀਂ ਮੰਨੋ ਤਾਂ ਭਗਵੰਤ ਮਾਨ ਨੂੰ ਹੀ ਬਾਹਰ ਦਾ ਰਸਤਾ ਦਿਖਾ ਸਕਦੇ ਨੇ ਇਹ। ਤੂੰ ਗੱਲ ਇੰਨੀ ਕਹਿ ਕੇ ਜੇ ਕੇਜਰੀਵਾਲ ਨਾਲ ਸੰਪਰਕ ਹੁੰਦਾ ਹੈ ਤੇ ਕੇਜਰੀਵਾਲ ਹਾਂ ਕਰਦਾ ਹੈ ਤਾਂ ਭਗਵੰਤ ਮਾਨ ਥੋੜੀ ਰੇੜਕਾ ਬਣੇਗਾ। ਭਗਵੰਤ ਮਾਨ ਕੋਲ ਇੰਨੀ ਪਾਵਰ ਫਿਲਹਾਲ ਨਹੀਂ ਹੈ ਪੰਜਾਬ ਦੀ ਇਕਾਈ ਦੇ ਵਜੋਂ ਕਿ ਉਹ ਆਪ, ਪਰ ਇਹ ਗਠਜੋੜ ਦੇ ਵਿੱਚ ਸੈਕਿੰਡ ਨੰਬਰ ਦੀ ਪੋਜੀਸ਼ਨ ਵਾਸਤੇ ਰੌਲਾ ਤਾਂ ਪਵੇਗਾ ਹੀ ਨਾ। ਪਹਿਲੇ ਨੰਬਰ ਦੀ ਪੋਜੀਸ਼ਨ ਜੇਕਰ ਇਹ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੰਦੇ ਨੇ ਤਾਂ ਦੂਜੇ ਨੰਬਰ ਦੀ ਪੋਜੀਸ਼ਨ ਜਿਹੜਾ ਡਿਪਟੀ ਮੁੱਖ ਮੰਤਰੀ ਹੋਊਗਾ ਉਹਦੇ ਵਾਸਤੇ ਸੁਖਦੇਵ ਸਿੰਘ ਢੀਂਡਸਾ ਚਾਹੁਣਗੇ ਕਿ ਮੇਰਾ ਬੇਟਾ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਬਣੇ। ਸੁਖਪਾਲ ਸਿੰਘ ਖਹਿਰਾ ਜੇਕਰ ਇਹਦੇ ਵਿੱਚ ਆਉਂਦੇ ਨੇ ਤਾਂ ਉਹ ਚਾਹੁੰਦੇ ਹੋਣਗੇ ਸ਼ਾਇਦ ਮੈਂ ਬਣਾ, ਤਾਂ ਉਧਰ ਜਿਹੜੇ ਬੈਂਸ ਬ੍ਰਦਰ ਬੈਠੇ ਨੇ ਉਹਨਾਂ ਨੂੰ ਲੱਗਦਾ ਹੋਵੇ ਸ਼ਾਇਦ ਮੈਂ ਬਣਾ, ਸੈਕਿੰਡ ਨੰਬਰ ਦੀ ਪੋਜੀਸ਼ਨ ਲੈ ਕੇ ਰੌਲਾ ਤਾਂ ਦੇਖੋ ਸ਼ਰਤ ਗਈ।
ਇਹ ਤਾਂ ਸਮਝੌਤਾ ਸ਼ਰਤਾਂ ਨਾਲ ਹੀ ਹੋਊਗਾ ਨਾ, ਇਹ ਤਾਂ ਸ਼ਰਤਾਂ ਪਹਿਲਾਂ ਤੈਅ ਹੋਣਗੀਆਂ ਤੇ ਜਿਹੜੀਆਂ ਸ਼ਰਤਾਂ ਰੱਖਣਗੇ ਕੇਜਰੀਵਾਲ ਜਾਂ ਹੋਰ ਕੋਈ ਜਿਹੜੀ ਜਿਹੜਾ ਗੱਠਜੋੜ ਬਣਦਾ ਹੈ ਕੋਈ ਵੀ ਪਾਰਟੀ ਨਾਲ ਬਣਦਾ। ਪਰਮਿੰਦਰ ਜੀ ਇਹ ਸਾਫ਼ ਹੈ ਕਿ ਜਿਹੜੇ ਬੰਦੇ ਪੰਜਾਬ ਦੀ ਭਲਾਈ ਦੀ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੇ ਦਮ ਦੇ ਉੱਪਰ ਚੋਣਾਂ ਲੜਨ ਨੂੰ ਫਿਰਦੇ ਆ, ਉਹਨਾਂ ਨੇ ਪੰਜਾਬ ਦੀ ਭਲਾਈ ਦੇ ਲਈ ਇਕੱਠੇ ਹੋਣ ਤੋਂ ਪਹਿਲਾਂ ਆਪਣੇ ਹਿੱਤ ਰੱਖ ਕੇ ਆਪਣੇ ਹਿੱਤ ਅੱਗੇ ਰੱਖ ਕੇ ਸ਼ਰਤਾਂ ਰੱਖ ਕੇ ਫਿਰ ਜਣੀ ਇਕੱਠੇ ਹੋਣਗੇ। ਆਪਣੇ ਹਿੱਤ ਰੱਖ ਕੇ ਤਾਂ ਸੁਖਵਿੰਦਰ ਜੀ ਪਹਿਲਾਂ ਵੱਖ ਹੋਏ ਨੇ ਇਹ। ਜੇ ਪੰਜਾਬ ਦੀ ਭਲਾਈ ਕਰਨੀ ਹੁੰਦੀ ਹੈ ਤਾਂ ਸਰਕਾਰ ਦੇ ਵਿੱਚ ਆ ਕੇ ਬੰਦਾ ਕੀ ਨਹੀਂ ਕਰ ਸਕਦਾ, ਪਾਵਰ ਚ ਹੁੰਦਾ ਹੈ। ਉਸ ਟਾਈਮ ਘੱਟੋ ਘੱਟ ਜਿਹੜਾ ਮਹਿਕਮਾ ਇਹਨਾਂ ਕੋਲ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਜਾਂ ਵਿੱਤ ਮੰਤਰੀ ਰਹੇ ਨੇ, ਠੀਕ ਹੈ, ਜਾਂ ਹੋਰ ਮਿਨਿਸਟਰ ਜਿਹੜੇ ਵੱਖਰੇ ਹੋਏ ਨੇ ਵੱਖ ਵੱਖ ਪਾਰਟੀਆਂ ਤੋਂ, MLA ਹੁੰਦੇ, ਘੱਟੋ ਘੱਟ ਆਪਣੇ ਇਲਾਕੇ ਆਪਣੇ ਮਹਿਕਮੇ ਦਾ ਤਾਂ ਬਹੁਤ ਕੁਛ ਸਵਾਰ ਸਕਦੇ ਨੇ ਨਾ। ਜੇ ਇਹਨਾਂ ਨੇ ਭਲਾ ਕਰਨਾ ਹੁੰਦਾ ਤਾਂ ਉੱਥੇ ਬੈਠ ਕੇ ਹੀ ਭਲਾ ਹੁੰਦਾ, ਵੱਖਰਾ ਹੋਣਾ ਤਾਂ ਸਮਝ ਦੋ ਤੁਸੀਂ। ਇੱਕ ਗੱਲ ਹੁੰਦੀ ਹੈ ਨਾ, ਜਦੋਂ ਕੋਈ ਬੰਦਾ ਪਾਰਟੀ ਛੱਡ ਕੇ ਆ ਰਿਹਾ ਉਹਨੂੰ ਪਤਾ ਹੈ ਕਿ ਮੇਰੀ ਕੁਰਸੀ ਡਾਵਾਂਡੋਲ ਆ, ਮੈਨੂੰ ਤਾਂ ਇੱਥੇ ਮਿਲਣਾ ਹੀ ਨੀ ਕੁਛ, ਮੈਂ ਤਾਂ ਇੱਥੇ ਸਾਰੀ ਉਮਰ ਇੱਥੇ MLA MP ਧੱਕੇ ਖਾਈ ਜਾਊਂਗਾ, ਨਾ ਮੈਂ ਡਿਪਟੀ CM ਬਣਨਾ ਨਾ ਮੈਂ CM ਬਣਨਾ ਕਦੇ। ਕਦੋਂ ਮੌਕਾ ਮਿਲਿਆ? ਜਦੋਂ ਪ੍ਰਧਾਨ ਬਣ ਕੇ ਬਾਹਰ ਨਿਕਲ ਕੇ ਪ੍ਰਧਾਨ ਬਣਦਾ ਕਿਸੇ ਪਾਰਟੀ ਦਾ, ਆਪਣੀ ਨਵੀਂ ਪਾਰਟੀ ਦਾ, ਨਵੇਂ ਦਲ ਦਾ, ਤਾਂ ਉਹਦਾ ਮਕਸਦ ਤਾਂ ਇਹੀ ਹੁੰਦਾ ਕਿ ਪ੍ਰਧਾਨ ਮੈਂ ਬਣ ਗਿਆ, ਓਵਰਆਲ ਕਹਿ ਲਓ ਕਿ ਆਲ ਇਨ ਆਲ ਕਹਿ ਲਓ ਇੱਕੋ ਮੈਂ ਹੀ ਆ ਬਸ, ਹੁਣ ਮੈਂ ਹੀ CM ਬਣਨਾ, ਮੈਂ ਹੀ ਫੈਸਲੇ ਲੈਣੇ ਨੇ, ਮੇਰੇ ਤੇ ਕੋਈ ਥੋਪੇ ਨਾ, ਮੈਂ ਹੀ ਬੰਦੇ ਰੱਖਣੇ, ਮੈਂ ਹੀ ਟਿਕਟਾਂ ਵੰਡਣੀਆਂ ਨੇ। ਉਹ ਮਤਲਬ ਇੱਕ ਚਾਹਨਾ ਹੁੰਦੀ ਹੈ ਅੰਦਰ, ਜਿਹੜੀ ਪਾਵਰ ਉਹਨਾਂ ਚਾਹੁੰਦੇ ਨੇ ਉਹ ਬਾਹਰ ਆ ਕੇ ਮਿਲ ਜਾਂਦੀ ਹੈ, ਪ੍ਰਧਾਨ ਬਣ ਕੇ ਮਿਲ ਜਾਂਦੀ ਹੈ। ਜੇ ਪੰਜਾਬ ਦੇ ਹਿੱਤਾਂ ਦੇ ਲਈ ਲੜਦੇ ਫਿਰ ਪਹਿਲਾਂ ਤਾਂ ਗੱਲ ਏਡੀਆਂ ਪਾਰਟੀਆਂ ਨਹੀਂ ਸੀ ਬਣਦੀਆਂ, ਦੂਜੀ ਗੱਲ ਹੈਗੀ ਆ ਵੀ ਪਾਰਟੀਆਂ ਛੱਡ ਕੇ ਨਾ ਆਉਂਦੇ ਇਹ, ਉਹਨਾਂ ਪਾਰਟੀਆਂ ਦੇ ਵਿੱਚ ਰਹਿ ਕੇ ਪੰਜਾਬ ਦਾ ਭਲਾ ਕਰਦੇ ਸਾਰੇ ਜਣੇ। ਤੁਸੀਂ ਦੇਖੋ ਜੇ ਸਾਰੇ ਜਣੇ ਇਸ ਸੋਚ ਨਾਲ ਚੱਲਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ ਪਾਰਟੀ ਨੂੰ, ਪਾਰਟੀ ਸਗੋਂ ਹੋਰ ਵਧੀਆ ਹੁੰਦੀ ਜਿਹੜੀ ਪਾਰਟੀ ਚ ਰਹਿ ਰਹੇ ਸੀਗੇ। ਅੰਦਰ ਰਹਿ ਕੇ ਤਾਂ ਬੋਲਿਆ ਨੀ ਜਾਣਾ, ਅੰਦਰ ਰਹਿ ਕੇ ਤੁਸੀਂ ਗਲਤ ਨੂੰ ਗਲਤ ਨੀ ਕਹਿਣਾ, ਅੰਦਰ ਰਹਿ ਕੇ ਤੁਸੀਂ ਠੀਕ ਕੰਮ ਕਰਨੇ ਨੀ, ਤੇ ਬਾਹਰ ਆ ਕੇ ਤੁਸੀਂ ਕਹਿੰਦੇ ਕਿ ਸਾਡੇ ਅਸੀਂ CM ਬਣ ਜਾਈਏ। ਸੋ ਏਜੰਡਾ ਤਾਂ ਸਿਰਫ ਕੁਰਸੀ ਦਾ ਆ, ਏਜੰਡਾ ਸਿਰਫ ਆਪਣੇ ਆਪ ਨੂੰ CM ਆਪਣੇ ਬੇਟੇ ਨੂੰ CM ਦੇਖਣਾ ਜਾਂ ਡਿਪਟੀ CM ਦੇਖਣਾ, ਉਹੀ ਹੈ। ਪੰਜਾਬ ਦੇ ਹਿੱਤ ਦੂਜੇ ਨੰਬਰ ਤੇ ਨੇ ਜੀ। ਤਾਂ ਪਰਮਿੰਦਰ ਜੀ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਸਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਖਰੀਆ ਜੀ, ਧੰਨਵਾਦ। ਤਾਂ ਇਹ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਇਸ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈ। ਯਾਨੀ ਕਿ ਬੇਸ਼ੱਕ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਕਿ ਪੰਜਾਬ ਦੇ ਅੰਦਰ ਨਵਾਂ ਗੱਠਜੋੜ ਬਣਾਵਾਂਗੇ ਹਮਖਿਆਲੀ ਪਾਰਟੀਆਂ ਦੇ ਨਾਲ ਰਲ ਕੇ, ਯਾਨੀ ਕਿ ਆਮ ਆਦਮੀ ਪਾਰਟੀ ਵਾਸਤੇ ਵੀ ਉਹਨਾਂ ਨੇ ਰਾਹ ਖੁੱਲ੍ਹੇ ਛੱਡੇ ਨੇ, ਪਰ ਉਹਨਾਂ ਨੇ ਸਾਫ਼ ਕਿਹਾ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋਊਗਾ ਤੇ ਵੱਖ ਵੱਖ ਪਾਰਟੀਆਂ ਦੇ ਨਾਲ ਹੋ ਸਕਦਾ। ਤੇ ਨਾਲ ਹੀ ਨਾਲ ਉਹਨਾਂ ਨੇ ਪਿਛਲੇ ਦਿਨੀ ਇੱਕ ਹੋਰ ਉਹਨਾਂ ਦੇ ਪਿਤਾ ਜੀ ਦਾ ਤੇ ਬ੍ਰਹਮਪੁਰਾ ਦਾ ਦੀ ਪਾਰਟੀ ਦਾ ਬਿਆਨ ਆਇਆ ਸੀ ਕਿ ਨਵਜੋਤ ਸਿੰਘ ਸਿੱਧੂ ਅਗਵਾਈ ਵੀ ਕਰ ਲੈਣ ਤਾਂ ਵੀ ਕੋਈ ਚੱਕਰ ਨਹੀਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਾਰੇ ਜਿਹੜੇ ਚਾਹੇ ਖਹਿਰੇ ਆ, ਚਾਹੇ ਧਰਮਵੀਰ ਗਾਂਧੀ ਆ, ਚਾਹੇ ਬੈਂਸ ਬ੍ਰਦਰ ਨੇ, ਇਹਨਾਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਪਾਰਟੀਆਂ ਨੇ ਕਿ ਇਹ ਗੱਠਜੋੜ ਕਰ ਪਾਉਣਗੇ ਆਪਸ ਦੇ ਵਿੱਚ, ਕਿਉਂਕਿ 2019 ਦੇ ਵਿੱਚ ਜਿਹੜਾ ਗੱਠਜੋੜ ਹੋਇਆ ਸੀ ਉਹਨਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਸ ਦੇ ਵਿੱਚ ਉਹ ਗੱਠਜੋੜ ਟੁੱਟ ਗਿਆ ਸੀ ਕਿ 2022 ਦੇ ਵਿੱਚ ਇਹ ਗੱਠਜੋੜ ਕਾਮਯਾਬ ਹੋ ਪਾਏਗਾ ਕਿ ਵਧੀਆ ਇੱਕ ਰੂਪ ਰੇਖਾ ਪੰਜਾਬ ਦੇ ਲਈ ਲੈ ਕੇ ਸਾਬਤ ਕਰ ਪਾਏਗਾ ਜਾਂ ਨਹੀਂ, ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।